ਹਾਂਜੀ ਦੋਸਤੋ, ਵੈਲਕਮ ਅਗੇਨ। ਦੋਸਤੋ, ਬਾਬਾ ਜੀ ਦੀ ਇੱਕ ਹੋਰ ਵੀਡੀਓ ਆਈ ਆ, ਡੇਰੇ ਦੇ ਅੰਦਰੋਂ ਸਭ ਕੁਝ ਦਿਖਾਇਆ ਵਾ, ਤੁਸੀਂ ਦੇਖ ਸਕਦੇ ਹੋ ਤੁਹਾਡੇ ਸਾਹਮਣੇ ਆ। ਰਾਜਨਾਥ ਸਿੰਘ ਬਾਬਾ ਜੀ ਦੇ ਨਾਲ ਘੁੰਮ ਰਹੇ ਆ ਅਤੇ ਹੋਰ ਮੀਡੀਆ ਕਰਮੀ ਵੀ ਹੈਗੇ ਆ ਅਤੇ ਹੋਰ ਵੀ ਪੋਲੀਟੀਸ਼ੀਅਨਸ ਹੈਗੇ ਆ। ਇਸ ਵਿੱਚ ਲੰਗਰ ਹਾਲ ਵੀ ਦਿਖਾਇਆ ਵਾ, ਜਿਵੇਂ ਜਦ ਮੋਦੀ ਆਇਆ ਸੀ ਉਸ ਟਾਈਮ ਵੀ ਲੰਗਰ ਹਾਲ ਦਿਖਾਇਆ ਗਿਆ ਸੀ। ਬਟ ਇਸ ਵੀਡੀਓ ਵਿੱਚ ਬਹੁਤ ਜ਼ਿਆਦਾ ਡੇਰਾ ਅੰਦਰੋਂ ਦਿਖਾਇਆ ਗਿਆ ਵਾ, ਜਿਵੇਂ ਤੁਸੀਂ ਪਹਿਲਾਂ ਇੱਕ ਕਲਿੱਪ ਦੇਖੀ ਹੋਣੀ, ਆਪਣੇ ਚੈਨਲ 'ਤੇ ਨਿਊਜ਼ ਸੁਣੀ ਹੋਣੀ ਆ। ਰਾਜਨਾਥ ਸਿੰਘ ਅੱਜ ਡੇਰਾ ਬਿਆਸ ਆਏ ਸੀ ਅਤੇ ਰੀਜ਼ਨ ਕੀ ਹੋ ਸਕਦਾ ਦੋਸਤੋ, ਇਹ ਤੁਹਾਨੂੰ ਚੰਗੀ ਤਰ੍ਹਾਂ ਪਤਾ ਵਾ। ਅਤੇ ਤੁਹਾਨੂੰ ਪਤਾ ਬਾਬਾ ਜੀ ਕਿਸੇ ਵੀ ਪੋਲੀਟੀਕਲ ਪਾਰਟੀ ਦੇ ਨਾਲ ਨਹੀਂ ਹੈਗੇ, ਉਹ ਕਿਸੇ ਨੂੰ ਵੀ ਵੋਟ ਨਹੀਂ ਪਾਉਂਦੇ, ਬਟ ਉਹ ਸਾਰਿਆਂ ਦਾ ਆਦਰ ਸਤਿਕਾਰ ਕਰਦੇ ਆ, ਕਿਸੇ ਨੂੰ ਵੀ ਮਨਾ ਨਹੀਂ ਕਰਦੇ, ਸਾਰੇ ਉਹਨਾਂ ਦੇ ਦੋਸਤ ਹੈਗੇ ਆ। ਵਧੀਆ, ਫਿਲਹਾਲ ਤੁਸੀਂ ਦਰਸ਼ਨ ਕਰ ਸਕਦੇ ਹੋ। ਜੋ ਸੰਗਤ ਆਊਟ ਆਫ ਪੰਜਾਬ ਸੇ ਵੀ ਹੈ, ਜਿਨਕੋ ਬਹੁਤ ਕਮ ਆਉਣਾ ਹੋਤਾ ਹੈ ਡੇਰਾ ਬਿਆਸ, ਜੋ ਮੁਝੇ ਵੀ ਇੰਸਟਾਗ੍ਰਾਮ ਪਰ ਮੈਸੇਜ ਕਰਤੇ ਰਹਿਤੇ ਹੈ, ਉਨਕੇ ਲਈ ਸਪੈਸ਼ਲੀ ਇਹ ਵੀਡੀਓ ਹੈ, ਆਪ ਦਰਸ਼ਨ ਕਰ ਸਕਤੇ ਹੋ, ਪੂਰੀ ਵੀਡੀਓ ਦੇਖਣਾ। ਅਤੇ ਦੋਸਤੋ, ਮੈਂ ਵੀ ਦੋ ਤਿੰਨ ਮੀਡੀਆ ਕਰਮੀਜ਼ ਨੂੰ ਜਾਣਦਾ ਵਾਂ, ਮੈਂ ਉਹਨਾਂ ਦੇ ਨਾਲ ਡੇਰਾ ਬਿਆਸ ਦੇ ਅੰਦਰ ਆਉਣ ਲੱਗਿਆ ਸੀ ਵਿਦ ਪਰਮਿਸ਼ਨ, ਬਟ ਮੈਂ ਕਿਸੇ ਰੀਜ਼ਨ ਕਰਕੇ ਗਿਆ ਨਹੀਂ। ਇੱਕ ਵਾਰ ਮੈਨੂੰ ਵੀ ਮੌਕਾ ਮਿਲਿਆ ਸੀ,